ਅੰਤਰਰਾਸ਼ਟਰੀ ਖਿਡਾਰੀ ਅਤੇ ਹਰਿਆਣਾ ਦੇ ਖੇਡ ਮੰਤਰੀ ਸੰਦੀਪ ਸਿੰਘ ਹੋਣਾ ਤੇ ਗੰਭੀਰ ਦੋਸ਼ ਲੱਗੇ ਨੇ ਇੱਕ ਕੋਚ ਨੇ ਦੋਸ਼ ਲਗਾਏ ਨੇ ਉਹਨਾਂ ਦੋਸ਼ਾਂ ਦਾ ਸੰਦੀਪ ਸਿੰਘ ਜਿਹੜੇ ਹਰਿਆਣਾ ਸਰਕਾਰ ਦੇ ਕੈਪਟਨ ਮੰਤਰੀ ਨੇ ਉਹਨਾਂ ਨੇ ਖੰਡਨ ਵੀ ਕਰ ਦਿੱਤਾ ਜਿਹੜੀ ਕੋਚ ਆ ਉਹਨੇ ਕਿਹਾ ਕਿ ਖੇਡ ਮੰਤਰੀ ਨੇ ਜਿਹੜੀ ਸਰਕਾਰੀ ਕੋਠੀ ਦੇ ਵਿੱਚ ਉਹਨਾਂ ਦੇ ਨਾਲ ਛੇੜਛਾੜ ਕੀਤੀ ਹੈ ਤੇ ਇਹ ਵੀ ਕਿਹਾ ਕਿ ਤੁਸੀਂ ਮੈਨੂੰ ਖੁਸ਼ ਰੱਖੋ ਤੇ ਮੈਂ ਤੁਹਾਨੂੰ ਖੁਸ਼ ਰੱਖਾਂਗਾ ਇੱਕ ਗੰਭੀਰ ਇਲਜ਼ਾਮ ਲੱਗੇ ਨੇ ਵਿਰੋਧੀਆਂ ਨੇ ਸਰਕਾਰ ਨੂੰ ਘੇਰਿਆ ਰੁੱਥੋਂ ਤੱਕ ਕਿ ਇਹਨਾਂ ਦੇ ਖਲਾ ਪਰਚਾ ਦਰਜ ਕਰਕੇ ਇਹਨਾਂ ਨੂੰ ਕੈਬਨਤ ਮੰਤਰੀ ਚੋਂ ਕੱਢਿਆ ਜਾਵੇ ਕੈਬਨਟ ਚੋਂ ਕੱਢਿਆ ਜਾਵੇ ਔਰ ਪੂਰਾ ਮਸਲਾ ਕੀ ਹੈ ਜੀ ਭਾਰਤੀ ਹਾਕੀ ਟੀਮ ਦੇ ਜਿਹੜੇ ਕੈਪਟਨ ਰਹਿ ਚੁੱਕੇ ਨੇ ਔਰ ਇਸ ਸਮੇਂ ਮਨੋਰਾਲ ਖੱਟੜ ਦੀ ਸਰਕਾਰ ਦੇ ਵਿੱਚ ਖੇਡ ਮੰਤਰੀ ਨੇ ਸੰਦੀਪ ਸਿੰਘ ਜਿਨ੍ਹਾਂ ਤੇ ਹਿੰਦੀ ਫਿਲਮ ਵੀ ਬਣੀ ਸੀ ਉਹਨਾਂ ਦੀ ਬਾਇਓਗ੍ਰਾਫੀ ਤੇ ਬਾਇਓਪਿਕ ਤੇ ਸੂਰਮਾ ਉਸ ਤੋਂ ਬਾਅਦ ਉਹ ਸਿਆਸਤ ਦੇ ਵਿੱਚ ਆ ਗਏ ਔਰ ਉਸੇ ਸਮੇਂ ਖੇਡ ਮੰਤਰੀ ਇੱਕ ਮਹਿਲਾ ਜੂਨੀਅਰ ਕੋਚ ਨੇ ਉਹਨਾਂ ਨੇ ਛੇੜਛਾੜ ਦੇ ਇਲਜ਼ਾਮ ਲਗਾਏ ਨੇ ਚੰਡੀਗੜ੍ਹ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਆ ਇੰਡੀਅਨ ਨੈਸ਼ਨਲ ਲੋਕਦਲ ਦੇ ਦਫ਼ਤਰ ਦੇ ਵਿੱਚ ਔਰ ਉਹਨਾਂ ਕਿਹਾ ਕਿ ਮਾਮਲਾ ਅਗਸਤ ਸਤੰਬਰ ਦਾ ਇਲਜ਼ਾਮ ਲਗਾਏ ਨੇ ਕਿ ਮੰਤਰੀ ਸੰਦੀਪ ਸਿੰਘ ਨੇ ਕੋਠੀ ਤੇ ਬੁਲਾ ਕੇ ਉਹਨਾਂ ਦੇ ਨਾਲ ਛੇੜਛਾੜ ਕੀਤੀ ਇੱਥੋਂ ਤੱਕ ਉਹਨਾਂ ਨੇ ਕਹਿਤਾ ਮੈਨੂੰ ਸਰੀਰ ਨੂੰ ਛੁੰਦੇ ਹੋਏ ਕਿ ਤੁਸੀਂ ਮੈਨੂੰ ਖੁਸ਼ ਰੱਖੋ ਮੈਂ ਤੁਹਾਨੂੰ ਖੁਸ਼ ਰੱਖੂਗਾ ਔਰ ਉਹਨਾਂ ਕਿਆ ਲੇਡੀ ਨੇ ਵੀ ਕਿਆ ਔਰਤ ਨੇ ਕਿ ਉਹਨਾਂ ਨੇ ਡੀਜੀਪੀ ਔਰ ਮੁੱਖ ਮੰਤਰੀ ਦੇ ਦਫਤਰ ਵੀ ਸ਼ਿਕਾਇਤ ਕੀਤੀ ਸੀ ਔਰ ਕਿਤੇ ਵੀ ਸੁਣਵਾਈ ਨਹੀਂ ਹੋਈ ਔਰ ਇੱਥੋਂ ਤੱਕ ਕਿ ਉਹਨਾਂ ਨੇ ਇਹ ਵੀ ਇਲਜ਼ਾਮ ਲਗਾਏ ਨੇ ਉਸ ਔਰਤ ਨੇ ਜਿਹੜਾ ਡੀਜੀਪੀ ਆਫਿਸ ਨੇ ਦੇ ਇੱਥੋਂ ਤੱਕ ਕਹਿ ਦਿੱਤਾ ਕਿ ਮੈਡਮ ਕਿਉਂ ਪੰਗਾ ਲੈ ਰਹੇ ਹੋ ਕਿਤੇ ਮੰਤਰੀ ਤੁਹਾਨੂੰ ਮਰਵਾ ਨਾ ਦੇ ਇਹ ਇਲਜ਼ਾਮ ਨੇ ਬਹੁਤ ਵੱਡੇ ਸੀਰੀਅਸ ਨੇ ਔਰ ਉਹਨਾਂ ਇਹ ਵੀ ਇਲਜ਼ਾਮ ਲਗਾਏ ਨੇ ਇਸ ਲੇਡੀ ਨੇ ਮੈਲਾ ਕੋਚ ਨੇ ਕਿ ਸੀਐਮਾ ਆਫਿਸਰ ਨੇ ਦੇ ਤੋ ਤਾਂ ਕਹਿ ਦਿੱਤਾ ਕਿ ਇਹ ਛੋਟੀ ਮੋਟੀ ਘਟਨਾਵਾਂ ਨੇ ਮੰਤਰੀ ਮੁੱਖ ਮੰਤਰੀ ਕੋਲ ਟਾਈਮ ਨਹੀਂ ਆ ਔਰ ਉਹਨਾਂ ਨੇ ਇਹ ਵੀ ਕਿਹਾ ਕਿ ਮੰਤਰੀ ਵੈਨਿਸ਼ ਮੋਡ ਪਰ ਬਾਤ ਕਰਦੇ ਹੁੰਦੇ ਸੀ ਉਹਨਾਂ ਦੇ ਨਾਲ ਔਰ ਫਿਰ ਮੇਲ ਜਿਹੜੀ ਉਹ ਡਿਲੀਟ ਕਰ ਦਿੱਤੀ ਜਿਹੜੇ ਦੋਸ਼ ਲਗਾਉਣ ਵਾਲੀ ਔਰਤ ਨੇ ਕਿਹਾ ਕਿ ਕੋਚ ਨੇ ਕਿਹਾ ਕਿ ਉਹ 400 ਮੀਟਰ ਦੀ ਨੈਸ਼ਨਲ ਐਥਲੀਟ ਆ ਆਊਟਸਟੈਂਡਿੰਗ ਸਪੋਰਟਸ ਪਰਸਨ ਦੇ ਤੈਅ ਤੀ ਉਹਨੂੰ 3 ਮਹੀਨੇ ਪਹਿਲਾਂ ਉਹਨਾਂ ਦੀ ਜਿਹੜੀ ਜੂਨੀਅਰ ਕੋਚ ਵਜੋਂ ਨਿਯੁਕਤੀ ਹੋਈ ਸੀ ਪਹਿਲਾਂ ਪੰਚਕੂਲੇ ਵਿੱਚ ਪ੍ਰੈਕਟਿਸ ਕਰ ਰਹੀ ਸੀ ਫਿਰ ਸੰਦੀਪ ਸਿੰਘ ਹੋਣਾ ਨੇ ਉਹਨਾਂ ਨੂੰ ਜਿਮ ਦੇ ਵਿੱਚ ਪ੍ਰੈਕਟਿਸ ਕਰਦੇ ਦੇਖਿਆ ਫਿਰ ਇੰਸਟਾਗ੍ਰam ਤੇ ਵੈਨਿਸ਼ ਮੂਡ ਤੇ ਗੱਲ ਕੀਤੀ ਔਰ ਮੈਂ ਖੁਸ਼ ਹੋ ਗਈ ਕਿ ਮੇਰੇ ਨਾਲ ਮੰਤਰੀ ਗੱਲਬਾਤ ਕਰ ਰਹੇ ਨੇ ਕੁਝ ਸਮੇਂ ਬਾਅਦ ਮੈਨੂੰ ਸਨੈਪਚੈਟ ਡਾਊਨਲੋਡ ਕਰਵਾ ਕੇ ਗੱਲ ਕੀਤੀ ਹੈਗੀ ਔਰ ਇੱਕ ਦਿਨ ਇਨਸਟਾਗ੍ਰਾਮ ਤੇ ਲਿਖਿਆ ਕਿ ਤੁਸੀਂ ਜੌਬ ਲਈ ਅਪਲਾਈ ਕੀਤਾ ਹੈਗਾ ਜਿਸ ਵਿੱਚ ਨੈਸ਼ਨਲ ਗੇਮ ਦਾ ਜਿਹੜਾ ਸਰਟੀਫਿਕੇਟ ਨਹੀਂ ਹੈ ਇਸ ਤੋਂ ਬਿਨਾ ਜਿਹੜੀ ਤੁਹਾਨੂੰ ਨੌਕਰੀ ਨਹੀਂ ਮਿਲ ਸਕਦੀ ਹੈਗੀ ਔਰ ਉਹਨੇ ਕਿਹਾ ਕਿ ਫਿਰ ਮੈਂ ਕਿਹਾ ਮੇਰੇ ਕੋਲ ਇਹ ਸਰਟੀਫਿਕੇਟ ਨਹੀਂ ਹੈ ਤੇ ਫਿਰ ਮੰਤਰੀ ਨੇ ਅਗਲੇ ਦਿਨ ਹੀ ਡਾਕੂਮੈਂਟ ਕਹਿ ਕੇ ਕਿ ਉਹਨਾਂ ਨੇ ਕਿਹਾ ਕਿ ਤੁਸੀਂ ਮੇਰੀ ਸੈਕਟਰ 7 7 ਤੋਂ ਜਿਹੜੀ ਸਰਕਾਰੀ ਕੋਠੀ ਉੱਥੇ ਆ ਜਾਓ ਤੇ ਇਹ ਵੀ ਕਿਹਾ ਕਿ ਆਫਿਸ ਵਿੱਚ ਉਹਨਾਂ ਨੇ ਕਿਹਾ ਕਿ ਇੱਥੇ ਕੈਮਰੇ ਲੱਗੇ ਹੋਏ ਨੇ ਤੇ ਮੈਂ ਕੰਫਰਟ ਨਹੀਂ ਆ ਫਿਰ ਉਹ ਨਾਲ ਵਾਲੇ ਕੈਬਨ ਵਿੱਚ ਮੇਰੇ ਨਾਲ ਆ ਕੇ ਬੈਠ ਗਈ ਮੇਰੇ ਪੈਰ ਤੇ ਹੱਥ ਰੱਖ ਕੇ ਕਿਹਾ ਕਿ ਤੁਸੀਂ ਮੈਨੂੰ ਅੱਛੇ ਲੱਗਦੇ ਹੋ ਔਰ ਤੁਸੀਂ ਮੈਨੂੰ ਖੁਸ਼ ਰੱਖੋ ਮੈਂ ਤੁਹਾਨੂੰ ਖੁਸ਼ ਰੱਖੂਗਾ ਮੈਂ ਹੱਥ ਪਿੱਛੇ ਹਟਾਇਆ ਤੇ ਉਸ ਤੋਂ ਬਾਅਦ ਗੁੱਥਮ ਗੁੱਥਾ ਵੀ ਮੈਨੂੰ ਹੋਣਾ ਪਿਆ ਔਰ ਮੇਰੀ ਜਿਹੜੀ ਟੀ-ਸ਼ਰਟ ਉਹ ਫਟ ਗਈ ਉਹਨਾਂ ਕਹਿੰਦੇ ਤਿੰਨ ਚਾਰ ਪਲੇਅਰ ਦਾ ਵੀ ਉਦਾਹਰਨ ਦਿੱਤਾ ਕਿ ਉਹਨਾਂ ਲਈ ਵੀ ਉਹਨਾਂ ਨੇ ਕਾਫੀ ਕੁਝ ਕੀਤਾ ਤੇ ਫਿਰ ਉਹ ਔਰਤ ਨੇ ਵੀ ਇਲਜ਼ਾਮ ਲਾਇਆ ਕਿ ਮੈਂ ਕਿਹਾ ਕਿ ਮੈਨੂੰ ਕੋਈ ਸ਼ਾਰਟਕਾਸ ਰਸਤਾ ਨਹੀਂ ਚਾਹੀਦਾ ਇਸ ਤਰ੍ਹਾਂ ਦੇ ਬੜੇ ਮੌਕੇ ਗਵਾਏ ਨੇ ਔਰ ਉਹ ਸਾਈਕੋਪੈਥਿਕ ਦੀ ਤਰ੍ਹਾਂ ਨਿਕਲ ਨਹੀਂ ਸੀ ਦੇ ਰਹੇ ਹੈਗੇ ਤੇ ਮੈਂ ਉਹਨਾਂ ਨੂੰ ਧੱਕਾ ਦੇ ਕੇ ਬਾਹਰ ਭਜਾਈ ਔਰ ਸਪੋਰਟ ਡਿਪਾਰਟਮੈਂਟ ਮੈਡਮ ਦੇ ਨਾਲ ਗੱਲਬਾਤ ਕੀਤੀ ਕਿਸੇ ਨੇ ਦੋਨਾਂ ਕਹ ਕੇ ਤੁਸੀਂ ਪੰਗਾ ਨਾ ਲਓ ਤੇ ਟ੍ਰੇਨਿੰਗ ਵੱਲ ਧਿਆਨ ਦਿਓ ਇਹ ਵੱਡੇ ਇਲਜ਼ਾਮ ਨੇ ਜਿਹੜੇ ਹਰਿਆਣਾ ਦੇ ਜਿਹੜੇ ਖੇਡ ਮੰਤਰੀ ਉਹਨਾਂ ਤੇ ਲੱਗੇ ਨੇ ਔਰ ਇਸ ਮਸਲੇ ਦੇ ਵਿੱਚ ਜਿਹੜੇ ਇੰਡੀਆ ਨੈਸ਼ਨਲ ਲੋਕਦਲ ਦੇ ਵਿਧਾਇਕ ਨੇ ਅਬੇ ਚਟਾਲਾ ਉਹਨਾਂ ਕਿਹਾ ਕਿ ਖੇਡ ਮੰਤਰੀ ਦੁਆਰਾ ਇੱਕ ਮਹਿਲਾ ਕੋਚ ਨਾਲ ਛੇੜਛਾੜ ਕਰਨੀ ਇਹ ਇੱਕ ਸਰਕਾਰ ਤੇ ਕਲੰਕਾ ਸਰਕਾਰ ਤੁਰੰਤ ਐਸਆਈਟੀ ਜਾਂਚ ਦੇ ਆਦੇਸ਼ ਦੇਣ ਅਤੇ ਮੰਤਰੀ ਨੂੰ ਬਰਖਾਸਤ ਕੀਤਾ ਜਾਵੇ ਉਹਨਾਂ ਕਿਹਾ ਕਿ ਇਸ ਮਸਲੇ 'ਚ ਉਹ ਕਾਂਗਰਸ ਪਾਰਟੀ ਦੇ ਜਿਹੜੇ ਵਿਰੋਧੀ ਧਰ ਦੇ ਨੇਤਾ ਨੇ ਭពਿੰਦਰ ਸਿੰਘ ਹੁੱਡਾ ਉਹਦੇ ਨਾਲ ਗੱਲ ਕੀਤੀ ਕਿ ਤੁਸੀਂ ਇਸ ਮਸਲੇ ਦੇ ਵਿੱਚ ਸੀਐਮ ਮਨੋਰ لال ਖੱਟਨਾ ਨਾਲ ਗੱਲਬਾਤ ਕੀਤੀ ਹੈ ਉਹਦੇ ਇਸ ਮਸਲੇ 'ਚ ਕਾਂਗਰਸ ਪਾਰਟੀ ਨੇ ਵੀ ਕਹਿ ਦਿੱਤਾ ਹੈਗਾ ਕਿ ਉਹਨਾਂ ਨੂੰ ਅਬੇ ਸਿੰਘ ਚਟਾਲਾ ਦਾ ਫੋਨ ਆਇਆ ਸੀ ਕਿ ਇੱਕ ਤੁਹਾਨੂੰ ਲੜਕੀ ਮਿਲੇਗੀ ਔਰ ਕਿ ਉਹਨਾਂ ਫਿਰ ਭពਿੰਦਰ ਸਿੰਘ ਹੁੱਡਾ ਨੇ মিডিਆ ਦੇ ਨਾਲ ਗੱਲਬਾਤ ਕਰ ਦਿੱਤਿਆ ਕਿ ਪੂਰੀ ਡਿਟੇਲ ਹੈਗੀ ਉਹ ਮੁੱਖ ਮੰਤਰੀ ਦੇ ਨਾਲ ਗੱਲ ਕਰਨਗੇ ਦੂਜੇ ਪਾਸੇ ਜਿਹੜਾ ਪੱਖ ਆ ਉਹ ਸੰਦੀਪ ਸਿੰਘ ਹੋਣਾ ਦਾ ਵੀ ਆ ਚੁੱਕਾ ਹੈ ਸੰਦੀਪ ਸਿੰਘ ਉਹਨਾਂ ਕਹਿੰਦਾ ਕਿ ਜੋ ਦੋਸ਼ ਲਗਾਏ ਨੇ ਉਹਨਾਂ ਦਾ ਕੋਈ ਆਧਾਰ ਨਹੀਂ ਹੈ ਔਰ ਇਸ ਤੋਂ ਹੀ ਪਤਾ ਹੁੰਦਾ ਕਿ ਉਸ ਔਰਤ ਨੇ ਇੱਕ ਰਾਜਸੀ ਪਾਰਟੀ ਦੇ ਦਫ਼ਤਰ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਹੈ ਦੁੱਖ ਹੋ ਰਿਹਾ ਕਿ ਖਿਡਾਰੀ ਹੋਣ ਦੇ ਨਾਤੇ ਮੈਨੂੰ ਇਹ ਕੁਝ ਮਿਲ ਰਿਹਾ ਹੈਗਾ ਇਹ ਨਹੀਂ ਪਤਾ ਕਿ ਹੈਲਪ ਕਰਨ ਤੇ ਉਹਨੂੰ ਇਹ ਕੁਝ ਬਦਨਾਮ ਕਰਨ ਦੇ ਯਤਨ ਕੀਤੇ ਜਾ ਰਹੇ ਨੇ ਉਹਨਾਂ ਕਹਿੰਦੇ ਕਿ ਖਿਡਾਰੀਆਂ ਨੂੰ ਸਪੋਰਟ ਸਪੋਰਟ ਕਰਨਾ ਕੋਈ ਗਲਤ ਕੰਮ ਆ ਔਰ ਕਿੰਨ ਉਨੇ ਕਹੇ ਕਿ ਜਿਹੜਾ ਵਿਪੱਖਸ਼ਾ ਇਸ ਮਾਮਲੇ ਨੂੰ ਕੋਈ ਰੰਗਤ ਦੇਣ ਦੀ ਕੋਸ਼ਿਸ਼ ਕਰ ਰਿਹਾ ਤੇ ਉਹ ਖੁਦ ਸੰਦੀਪ ਸਿੰਘ ਹੋਣਾ ਕਿਹਾ ਕਿ ਉਹ ਸੀਐਮ ਨੂੰ ਮਿਲ ਕੇ ਪੂਰੇ ਮਸਲੇ ਦੀ ਜਾਂਚ ਕਰਵਾਉਣਗੇ ਔਰ ਪੁਲਿਸ ਨੂੰ ਵੀ ਤੋਂ ਜਾਂਚ ਕਰਵਾਉਣ ਦੀ ਮੰਗ ਕਰਨਗੇ ਇਸ ਮਸਲੇ ਦੀ ਸੰਦੀਪ ਸਿੰਘ ਹੋਣਾ ਕਿਹਾ ਕਿ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ ਉਹਨੇ ਕਿਹਾ ਕਿ ਇਹ ਮੇਰੀ ਸ਼ਵੀ ਨੂੰ ਖਰਾਬ ਕਰਨ ਦੀ ਕੋਸ਼ਿਸ਼ ਆ ਮੈਂ ਬੜੀ ਮਿਹਨਤ ਕੀਤੀ ਛੋਟੀ ਉਮਰ ਚ ਖਿਡਾਰੀ ਬਣਿਆ ਫਿਰ ਭਾਰਤੀ hockey team ਦਾ captain ਬਣਿਆ ਫਿਰ ਵਿਧਾਇਕ ਬਣਿਆ ਫਿਰ ਮੰਤਰੀ ਬਣਿਆ ਬਹੁਤ ਸਾਰੇ ਲੋਕਾਂ ਨੂੰ ਇਹ ਹজম ਨਹੀਂ ਹੋ ਰਿਹਾ ਜੂਨੀਅਰ ਕੋਚ ਦੀ ਮਦਦ ਕੀਤੀ ਐ ਜਦੋਂ ਟ੍ਰਾਂਸਫਰ ਨੂੰ ਲੈ ਕੇ ਉਹ ਮੇਰੇ ਕੋਲ ਆਈ ਸੀ ਔਰ ਫਿਰ ਮੈਂ ਨਿਰਦੇਸ਼ਕ ਦੇ ਨਾਲ ਡਾਇਰੈਕਟਰ ਦੇ ਨਾਲ ਗੱਲ ਕੀਤੀ ਕਿ ਜੋ ਕੋਚ ਖੁਦ ਵੀ ਖੇਡਦੇ ਨੇ ਉਹਨਾਂ ਨੂੰ ਇੱਥੇ ਜਿਹੀ ਜਗ੍ਹਾ ਵਿੱਚ ਲਗਾਇਆ ਜਾਵੇ ਜਿੱਥੇ ਉਹ ਟ੍ਰੇਨਿੰਗ ਵੀ ਕਰ ਸਕਣ ਉਹਨਾਂ ਕਹਿੰਦੇ ਕਿ ਇਸੇ ਤਹਿਤ ਹੀ ਖਿਡਾਰੀਆਂ ਨੂੰ ਉਹਨਾਂ ਦੇ ਜਿਹੜੇ ਹੋਮ ਡਿਸਟ੍ਰਿਕਟ ਆ ਉੱਥੇ ਤਨਾਤ ਕੀਤਾ ਜਾ ਰਿਹਾ ਉਹਨੇ ਕਹਿਆ ਕਿ ਮੈਨੂੰ ਪਹਿਲਾਂ ਉਹਨਾਂ ਦਾ ਮੈਸੇਜ ਮਿਲਿਆ ਸੀ ਔਰਤ ਦਾ ਪਰ ਹੁਣ ਸੰਦੀਪ ਸਿੰਘ ਉਹਨਾਂ ਕਹਿ ਦਿੱਤਾ ਹੈ ਕਿ ਇਸ ਮਸਲੇ ਦੇ ਵਿੱਚ ਜਿਸ ਮੈਲਾ ਕੋਚ ਨੇ ਸ਼ਿਕਾਇਤ ਕੀਤੀ ਆ ਔਰ ਮੈਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਆ ਮੇਰਾ ਕੈਰੀਅਰ ਬਰਬਾਦ ਕਰਨ ਦੀ ਕੋਸ਼ਿਸ਼ ਕੀਤੀ ਆ ਉਸ ਔਰਤ ਦੀ ਜਿਹੜੀ ਪਿਛਲੀ ਲਾਈਫ ਆ ਉਹਦੀ ਵੀ ਜਾਂਚ ਹੋਣੀ ਚਾਹੀਦੀ ਆ ਇਹ ਉਹਨਾਂ ਨੇ ਸੰਦੀਪ ਸਿੰਘ ਉਹਨਾਂ ਨੇ ਕਿਹਾ ਉਹਨਾਂ ਕਹਿੰਦੇ ਕਿ ਉਸ ਸਕੂਲ ਤੇ ਨੌਕਰੀ ਲੈਣ ਵਾਸਤੇ ਜਦੋਂ ਆਏ ਸੀ ਡਿਪਾਰਟਮੈਂਟ ਕੋਲ ਅਪਲੀਕੇਸ਼ਨ ਆਈ ਹੈ ਉਸ ਸਮੇਂ ਤੋਂ ਉਹਦੇ ਕੋਲ ਇਥੋਂ ਤੱਕ ਫੈਡਰੇਸ਼ਨ ਦਾ ਵੀ ਸਰਟੀਫਿਕੇਟ ਨਹੀਂ ਸੀ ਮੈਂ ਗਲਤ ਚੀਜ਼ ਨਹੀਂ ਚਾਹੁੰਦਾ ਔਰ ਦੋਸ਼ ਲਗਾਉਣ ਵਾਲੀ ਕੋਈ ਸਹੀ ਵਜ੍ਹਾ ਤੇ ਉਹ ਦੱਸੇ ਪਰ ਮੈਂ ਖੁਦ ਉਹ ਕਹਿ ਰਹੇ ਨੇ ਸੰਦੀਪ ਸਿੰਘ ਉਹ ਨਹੀਂ ਕਿ ਮੁੱਖ ਮੰਤਰੀ ਨਾਲ ਮਿਲ ਕੇ ਇਸ ਦੀ ਨਿਰਪੱਖ ਜਾਂਚ ਕਰਵਾਉਣ ਲਈ ਤਿਆਰ ਹਾਂ ਨਾਲ ਦੇ ਨਾਲ ਉਹਨਾਂ ਇਹ ਵੀ ਕਿਹਾ ਕਿ ਜਿਸ ਮਹਿਲਾ ਕੋਚ ਨੇ ਉਹਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਆ ਉਹਨਾਂ ਦੀ ਵੀ ਪਿਛਲੀ ਜ਼ਿੰਦਗੀ ਦੀ ਜਾਂਚ ਵੀ ਹੋਣੀ ਚਾਹੀਦਾ ਪਰ ਕੁਲ ਮਿਲਾ ਕੇ ਹੁਣ ਇੱਕ ਖੇਡ ਮੰਤਰੀ ਤੇ ਗੰਭੀਰ ਇਲਜ਼ਾਮ ਲਗਾਏ ਗਏ ਨੇ ਇੱਕ ਮਹਿਲਾ ਕੋਚ ਵੱਲੋਂ ਤੇ ਲਾਜ਼ਮੀ ਤੌਰ ਤੇ ਜਿਹੜਾ ਮਸਲਾ ਕਾਫੀ ਗੰਭੀਰ ਆ ਹੁਣ ਦੇਖਦੇ ਆ ਕਿ ਇਸ ਮਸਲੇ ਦੇ ਵਿੱਚ ਕੀ ਕੋਈ ਐਸਆਈਟੀ ਬਣਦੀ ਕੋਈ ਜਾਂਚ ਵਾਸਤੇ ਕੋਈ ਕਮੇਟੀ ਬਣਾਈ ਜਾਊਗੀ ਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਰ ਲਾਲ ਸਾਹਿਬ ਕੀ ਐਕਸ਼ਨ ਲੈਣਗੇ ਜਾਂ ਜਿਹੜੇ ਵਿਰੋਧੀ ਨੇ ਕਿ ਵਿਰੋਧੀ ਇਸ ਤੇ ਹੋਰ ਸਿਆਸਤ ਕਰਨਗੇ ਤੇ ਕੀ ਜਿਹੜ ਸ ਮਹਿਲਾ ਕੋਚ ਨੇ ਇਲਜ਼ਾਮ ਲਗਾਏ ਨੇ ਕਿ ਉਹਨਾਂ ਨੂੰ ਕਿਸੇ ਪੋਲੀਟੀਕਲ ਪਾਰਟੀ ਦੇ ਦਫਤਰ ਜਾ ਕੇ ਪ੍ਰੈਸ ਕਾਨਫਰੰਸ ਕਰਨੀ ਚਾਹੀਦੀ ਸੀ ਜਾਂ ਨਹੀਂ ਚਾਹੀਦੀ ਇਹ ਵੀ ਸੰਦੀਪ ਸਿੰਘ ਹੋਣਾ ਨੇ ਕਿਹਾ ਪਰ ਮਾਮਲਾ ਸਿਆਸਤ ਦੇ ਮੈਦਾਨ ਦੇ ਵਿੱਚ ਪੂਰੀ ਤਰ੍ਹਾਂ ਤਤਾ ਹੋ ਚੁੱਕਾ ਹੈ ਇੱਕ ਖੇਡ ਦੇ ਮੈਦਾਨ ਚੋਂ ਸਿਆਸਤ ਦੇ ਮੈਦਾਨ ਵਿੱਚ ਆਏ ਐਮਐਲਏ ਬਣੇ ਮੰਤਰੀ ਬਣੇ ਤੇ ਉਹ ਹੁਣ ਸੰਦੀਪ ਸਿੰਘ ਓਣੀ ਵਿਵਾਦਾਂ ਵਿੱਚ ਪੂਰੀ ਤਰ੍ਹਾਂ गिर ਗਏ ਨੇ ਕਿਉਂਕਿ ਕਿ ਮਹਿਲਾ ਕੋਚ ਨੇ ਉਹਨਾਂ ਤੇ ਇਲਜ਼ਾਮ ਲਗਾਏ ਨੇ ਕਿ ਉਹਨਾਂ ਨੂੰ ਘਰ ਬੁਲਾ ਕੇ ਉਹਨਾਂ ਦੇ ਨਾਲ ਛੇੜਛਾੜ ਵੀ ਕੀਤੀ ਹੈਗੀਆ ਰਤੋਂ ਤੱਕ ਧੱਕਾ ਦੇ ਕੇ ਉਹਨਾਂ ਦੇ ਕਮਰੇ ਚੋਂ ਬਾਹਰ ਨਿਕਲੇ ਇੱਕ ਛਡਾਉਂਦਿਆ ਉਹਨਾਂ ਤੋਂ ਛਡਾਉਂਦਿਆ ਉਹਨਾਂ ਦੀ ਟੀ-ਸ਼ਰਟ ਵੀ ਪਾੜ ਦਿੱਤੀ ਪੁਲਿਸ ਕੋ ਵੀ ਕੰਪਲੇਂਟ ਕੀਤੀ ਸੀ ਲੇਕਿਨ ਉਲਟਾ ਇਹ ਕਹਿਆ ਕਿ ਪੱਗੇ ਨਾ ਲੋ ਮੁਸੀਬਤ ਦੇ ਵਿੱਚ ਆ ਜਾਓਗੇ ਫਿਲਹਾਲ ਦੇਖਦੇ ਹਰਿਆਣਾ ਸਰਕਾਰ ਦੀ ਵੀ ਨਾਤਕਤਾ ਬੰਦੀ ਹੈ ਜ਼ਿੰਮੇਵਾਰੀ ਬੰਦੀ ਹੈ ਕਿ ਉਹਨਾਂ ਦੇ ਮੰਤਰੀ ਤੇ ਇਲਜ਼ਾਮ ਲੱਗੇ ਨੇ ਗੰਭੀਰ ਕਿ ਉਹਨਾਂ ਇਲਜ਼ਾਮਾਂ ਦੀ ਜਾਂਚ ਹੋਣੀ ਚਾਹੀਦੀ ਹੈ ਦੂਜੇ ਪਾਸੇ ਮੰਤਰੀ ਜਾਂਚ ਕਰਵਾਉਣ ਨੂੰ ਤਿਆਰ ਹੈ ਦੇਖਦੇ ਹਾਂ ਕਿ ਆਉਣ ਵਾਲੇ ਇਸ ਮਸਲੇ ਦੇ ਵਿੱਚ ਕੀ ਕੁਝ ਸੱਟਾ ਬਾਹਰ ਨਿਕਲਦਾ ਕਿ ਸੰਦੀਪ ਸਿੰਘ ਹੁਣੇ ਸੱਚੇ ਨੇ ਜਾਂ ਫਿਰ ਜਿਹੜੀ ਮਹਿਲਾ ਕੋਚ ਉਨ੍ਹਾਂ ਵੱਲੋਂ ਲਗਾਏ ਹੋਏ ਇਲਜ਼ਾਮ ਸੱਚੇ ਨੇ ਪਰ ਵਿਰੋਧੀਆਂ ਨੇ ਇਸ ਮਸਲੇ ਦੇ ਵਿੱਚ ਸਰਕਾਰ ਨੂੰ ਘੇਰ ਲਿਆ ਸੰਦੀਪ ਸਿੰਘ ਹੁਣ ਦਾਸ ਦੀ ਫਾਈਲ ਮੰਗ ਲਿਆ ਤੇ ਨਾਲ ਦੇ ਨਾਲ ਉਨ੍ਹਾਂ ਖਿਲਾਫ ਐਸਆਈਟੀਵੀ ਬਣਾਉਣ ਦਾ ਅਮੰਗ ਕੀਤੀ ਹੈ ਸਰਕਾਰ ਕੋਲ ਦੇ ਦੇ ਕਿ ਅਜਦਾ ਦਿਨ ਮਨੋਰ ਲਾਲ ਮੁੱਖ ਮੰਤਰੀ ਹਰਿਆਣਾ ਕੀ ਫੈਸਲਾ ਲੈਂਦੇ ਨੇ ਫਿਲਹਾਲ ਇਸ ਖਬਰ ਦੇ ਵਿੱਚ ਇੰਨੀ ਅਪਡੇਟ ਤੁਸੀਂ ਇਸੇ ਤਰ੍ਹਾਂ ਦੇਖਦੇ ਰਹੋ ਏਬੀਸੀ ਪੰਜਾਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ